ਸ਼੍ਰੀਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਜਾ ਰਹੇ ਹਾਂ ਜੀ ਪਿੰਡ ਬੜਵਾ, ਜਿਹੜਾ ਕਿ ਸ਼ਹੀਦ ਭਗਤ ਸਿੰਘ ਦੀ ਨਗਰ 'ਚ ਪੈਂਦਾ ਹੈ ਜੀ। ਇਹ ਵੀ ਬਘੌਰਾਂ ਦੇ ਨਾਲ ਹੀ ਹੈ ਜੀ, ਬੜਵਾ ਬਘੌਰਾ ਇਕੱਠੇ ਬੋਲ ਹੁੰਦਾ ਹੈ ਜੀ। ਔਰ ਇਹ ਪਿੰਡ ਵੀ ਬਣ ਤੋਂ ਪਹਿਲਾਂ ਇੱਥੇ ਵੀ ਮੁਸਲਿਮ ਭਾਈਚਾਰਾ ਬਹੁਤ ਰਹਿੰਦਾ ਹੁੰਦਾ ਸੀਗਾ। ਬਾਕੀ ਇੱਥੇ ਬਜ਼ੁਰਗ ਸਾਨੂੰ ਮਿਲੇ ਆ ਜੀ, ਅੱਜ ਹੁਣ ਜਾ ਰਹੇ ਹਾਂ ਅਸੀਂ ਉਹਨਾਂ ਦੀ ਇੰਟਰਵਿਊ ਕਰਨ ਜੀ। ਪਾਕਿਸਤਾਨ ਤੋਂ ਮੈਸੇਜ ਸੀ, ਉੱਧਰੋਂ ਬਹੁਤ ਆਉਂਦੇ ਹੁਣ, ਆਪਾਂ ਬਹੁਤ ਪਿਆਰ ਆ ਰਿਹਾ ਭਾਅ ਜੀ। ਆਪਣਾ ਨਾਮ ਕੀ? ਮੇਰਾ ਨਾਮ ਹਰਵਿੰਦਰ ਭਾਅ ਜੀ। ਸਾਡੇ ਨਾਲ ਭਾਅ ਜੀ ਹਰਵਿੰਦਰ ਜੀ ਆ ਜਿਹੜੇ ਕਿ ਉਹ ਬਜ਼ੁਰਗਾਂ ਨੂੰ ਬਖੂਬੀ ਜਾਣਦੇ ਆ, ਬਸ ਉਹਨਾਂ ਦੇ ਨਾਲ ਹੀ ਆਪਾਂ ਉਹਨਾਂ ਦੇ ਘਰ ਜਾ ਰਹੇ ਹਾਂ ਬਜ਼ੁਰਗਾਂ ਦੇ ਜੀ। ਭਾਅ ਜੀ ਉੱਦਾਂ ਕਦੀ ਬਜ਼ੁਰਗਾਂ ਕੋਲੋਂ ਸੁਣਿਆ ਤੁਸੀਂ ਪਿਛਲੀਆਂ ਗੱਲਾਂ ਬਾਤਾਂ? ਉੱਚਾ ਪਿੰਡ ਹੈ? ਬਹੁਤ ਉੱਚਾ ਪਿੰਡ ਹੈ। ਅੱਛਾ ਜੀ। ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਮੈਂ ਤੁਹਾਡਾ ਆਪਣਾ ਅਜੇ ਪਾਲ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਰੀ ਤਲਾਸ਼ ਹਮੇਸ਼ਾ ਹੀ ਅਣਵੰਡੇ ਪੰਜਾਬ ਤੋਂ ਪਹਿਲਾਂ ਦੇ ਜੋ ਵੀ ਹਾਲਾਤ ਆ, ਜੋ ਵੀ ਉਸ ਟਾਈਮ ਦੇ ਬਜ਼ੁਰਗ ਆ, ਜਿਨ੍ਹਾਂ ਨੂੰ ਉਹ ਟਾਈਮਾਂ ਬਾਰੇ ਬਖੂਬੀ ਮਾਲੂਮਾਤ ਆ, ਉਹਨਾਂ ਦੀ ਹੀ ਤਲਾਸ਼ ਰਹਿੰਦੀ ਆ। ਔਰ ਇੱਦਾਂ ਦੀ ਹੀ ਅੱਜ ਤਲਾਸ਼ ਸਾਡੀ ਸਾਨੂੰ ਪਿੰਡ ਬੜਵੇ ਲੈ ਕੇ ਆਈ ਹੈ ਜੀ। ਔਰ ਅੱਜ ਅਸੀਂ ਇੱਧਰ ਬਜ਼ੁਰਗਾਂ ਕੋਲ ਬੈਠੇ ਹਾਂ, ਜਿਨ੍ਹਾਂ ਨੂੰ ਵੰਡ ਤੋਂ ਪਹਿਲਾਂ ਦੇ ਜੋ ਵੀ ਹਾਲਾਤ ਸੀ, ਪਿੰਡ ਦਾ ਜੋ ਵੀ ਸਾਂਝ ਸੀ ਇੱਕ ਦੂਜੇ ਦੇ ਨਾਲ, ਉਸ ਬਾਰੇ ਬਖੂਬੀ ਮਾਲੂਮ ਆ ਜੀ। ਬਾਕੀ ਬਜ਼ੁਰਗਾਂ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ, ਔਰ ਜੋ ਵੀ ਉਹਨਾਂ ਕੋਲ ਮਾਲੂਮਾਤ ਆ ਤੁਹਾਡੇ ਸਾਹਮਣੇ ਰੂਬਰੂ ਕਰਦੇ ਹਾਂ ਜੀ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ। ਕੀ ਨਾਂ ਜੀ ਆਪਣਾ? ਮੋਹਨ ਸਿੰਘ। ਅੱਛਾ ਜੀ। ਤੁਹਾਡੇ ਬਾਪਾ? ਮੀਮਲ ਸਿੰਘ। ਮੀਮਲ ਸਿੰਘ, ਹਾਂ। ਅੱਛਾ ਜੀ। ਤਾਂ ਦਾਦਾ ਜੀ ਦਾ ਵੀ ਯਾਦ ਆ? ਦਾਦਾ ਜੀ ਦਾ ਨਾਮ ਲੱਭੂ ਰਾਮ। ਅੱਛਾ ਜੀ, ਠੀਕ ਹੈ ਜੀ। ਤਾਂ ਬਾਪੂ ਜੀ ਇਸ ਵੇਲੇ ਆਪਣੀ ਉਮਰ ਕਿੰਨੀ ਕੁ ਹੋਵੇ ਜੀ? ਲਗਭਗ 88 ਵਰਸ। ਅੱਛਾ ਜੀ। ਤਾਂ ਜਦੋਂ ਬਾਪੂ ਜੀ ਵੰਡ ਹੋਈ ਆ, ਹਾਂ, ਤਾਂ ਉਦੋਂ ਤੁਹਾਡੀ ਉਮਰ ਤਕਰੀਬਨ ਕਿੰਨੀ ਕੁ ਸੀਗੀ ਜੀ? ਮੇਰੇ ਖਿਆਲ 12-13 ਵਰਸ ਦੀ ਹੋਏਗੀ। ਅੱਛਾ ਜੀ, ਠੀਕ ਹੈ ਜੀ। ਤਾਂ ਜੋ ਵੀ ਪਿੰਡ ਦੇ ਹਾਲਾਤ ਸੀਗੇ ਵੰਡ ਤੋਂ ਪਹਿਲਾਂ ਦੇ, ਜੋ ਵੀ ਸਾਂਝ ਸੀ, ਆਪਸੀ ਸਾਂਝ, ਜੋ ਵੀ ਰਹਿਣੀ ਸਹਿਣੀ ਸੀ, ਉਹ ਤੁਹਾਨੂੰ ਬਖੂਬੀ ਯਾਦ ਹੈ ਜੀ? ਬਿਲਕੁਲ ਯਾਦ ਹੈ। ਕੋਈ ਦਾਦਾ ਝਗੜਾ ਨਾ ਸੀ, ਕੁਛ ਨਾ ਸੀ, ਇਕੱਠੇ ਕਬੱਡੀਆਂ ਖੇਲਣੀਆਂ, ਸਭ ਕੁਝ। ਸਕੂਲੇ ਵੀ ਜਾਂਦੇ ਹੁੰਦੇ ਸੀ ਇਕੱਠੇ। ਠੀਕ ਹੈ ਜੀ। ਕੋਈ ਦਾਦਾ ਝਗੜਾ ਨਾ ਸੀ। ਠੀਕ ਹੈ। ਤਾਂ ਜਿੱਥੇ ਆਪਾਂ ਬੈਠੇ ਹਾਂ, ਇਸ ਪਿੰਡ ਦਾ ਨਾਂ ਤਾਂ ਦੱਸਿਓ। ਬੜਵਾ। ਅੱਛਾ ਜੀ। ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਜਲੰਧਰ। ਅੱਛਾ ਜੀ। ਤਾਂ ਹੁਣ ਹੁਣ ਕਿਹੜਾ ਜ਼ਿਲ੍ਹਾ ਜੀ? ਹੁਣ ਹੈਗਾ ਸ਼ਹੀਦ ਭਗਤ ਸਿੰਘ। ਠੀਕ ਹੈ। ਉਦੋਂ ਜਲੰਧਰ ਸੀ? ਹਾਂ ਜੀ, ਹਾਂ। ਤਾਂ ਜਿਹੜਾ ਆਪਣਾ ਪਿੰਡ ਬੜਵਾ ਆ, ਇਹਦੇ ਨਾਲ ਦੇ ਪਿੰਡ ਦੱਸਿਓ, ਮੈਨੂੰ ਨਾਂ ਲਿਓ ਪਿੰਡਾਂ ਦੇ ਨਾਂ ਵਾਲੇ। ਪਿੰਡ ਜੈਨਪੁਰ ਜੀ, ਰੱਕੜਾ ਜੀ, ਭਾਨ ਮਜ਼ਾਰਾ ਜੀ, ਬਘੌਰਾ ਜੀ, ਇਹ ਸਭ ਪਿੰਡ ਸਾਡੇ ਪਿੰਡਾਂ ਦੇ ਨਾਲ ਨਾਲ ਹੈ। ਸਿੰਬਲੀ ਜੀ, ਗੜਸ਼ੰਕਰ ਜੀ, ਬਕਾਪੁਰ ਜੀ, ਧਮਾਈ। ਠੀਕ ਹੈ ਜੀ। ਹਾਂਜੀ, ਚਲੋ ਠੀਕ ਹੈ ਜੀ। ਤਾਂ ਬਾਪੂ ਜੀ, ਜਿਹੜਾ ਆਪਣਾ ਪਿੰਡ ਬੜਵਾ ਆ, ਹਾਂ, ਇੱਥੇ ਵੰਡ ਤੋਂ ਪਹਿਲਾਂ ਕਿਹੜੀ ਕਿਹੜੀ ਬਰਾਦਰੀ ਅਤੇ ਕਿਹੜੀ ਕਿਹੜੀ ਕੌਮ ਸੀਗੀ ਇੱਥੇ ਜੀ? ਜਿੱਦਾਂ ਰਲਮੀਆਂ ਬਰਾਦਰੀਆਂ ਸੀ, ਕਿੱਦਾਂ ਸੀ? ਸਭ ਰਲਮੀਆਂ ਬਰਾਦਰੀਆਂ ਸੀਆਂ। ਅੱਛਾ ਜੀ। ਹਰੀਜਨ ਵੀ ਸੀਗੇ ਜੀ, ਮੁਸਲਮਾਨ ਵੀ ਸੀ ਜੀ, ਆਪਣੇ ਮਿਸਤਰੀ ਜਾਣੀ ਕਿ ਲੱਕੜੀ ਦਾ ਕੰਮ ਕਰਨ ਵਾਲਾ, ਲੋਹੇ ਦੇ ਕੰਮ ਕਰਨ ਵਾਲੇ, ਸਭ ਇਕੱਠੇ ਹੀ ਰਹਿੰਦੇ ਸੀਗੇ। ਕੋਈ ਜਾਤ ਦਾ ਝਗੜਾ ਨਾ ਸੀ। ਅੱਛਾ ਜੀ।
सब एक दूजे दे नाल साथ मिल के काम करते होंगे सी है जी। कोई भी कुछ काम करना ना कट्ठिया ने करना आ रोजा जेड़ा है इत्थे सब कोई जांदा सगा अच्छा कोई ज्यादा भेद भाव नहीं। एक मिनट एक तुसी दस दें कि पिंड दे विच सारे बहुत वधिया रहिंदे सी एक दूजे दे नाल सारियां बरादरी एक दूजे नाल बहुत तां उदां इत्थे मेन जिदा तुसी दस दे मुसलमान घर किन्ने क सगे बहुत ज्यादा अच्छा जी साडे हिंदुआं नालों जी डबल सगे डबल होण गए यानी कि घट ना सी यानी कि मेन पिंड मुसलमान मुसलमान बरादरी दा सी सब तो पहला हिंदू सगे अच्छा जी बडवाल जी सैणी अच्छा जी इस पिंड दे अंदर ठीक है जी ओ कम तंदा ना होण दे कारण इथों चले गए बहुत पहला दी गल है कई सौ साल पहला दी गल है ये लोग दसदे आ इत्थे दे आ हुण तां सब हिंदू ही आए हुए हैं पिंड बड़वा फिर उन्होंने नाम से पिया हाँ जी हाँ जी अच्छा बड़वाला दे अच्छा अच्छा बड़वाल सैणी रहंदे हुंदे ज्यादा उन्होंने नाम से फिर पिंड बड़वा पिया अच्छा जी ठीक है जी अच्छा जी ठीक है जी अच्छा जी फिर तुसीं दस्सदे फिर जे मुसलमान बरादरी इत्थे बहुत रहिंदी हुंदी सी उन्होंने विच केड़ियां केड़ियां कौमां सीगियां केड़ी केड़ी बरादरी रहिंदी सी इत्थे जी राजपूत अच्छा जी मुसलमान राजपूत यानी के और रंगड़ भी कहंदे सगे ठीक है जी नाई भी सगे अच्छा जी यानी सब जात सगे सारियां जातां सी मुसलमान हां कोई ज्यादा चक रूप पिंजने वाले भी सगे तेल कढ़न वाले तेली हां जी दर्जी भी सगे ठीक है जी साडे घर दे कोल जेड़ा हथां पिया है सब दर्जियां दा जा अच्छा जी ठीक है कोई ज्यादा झगड़ा नहीं कुछ भी नहीं ठीक है हां जी एक दूजे दे नाल दुख सुख वेले खड़े हुंदे सगे ठीक है आपसी सांझ सगी आपसी सांझ बहुत बड़ी सगी तो जदों तुसीं फिर जिदा छोटे हुंदे सगे स्कूले भी गए जी हां जी अच्छा जी मैं चौथी स्कूल तक जी इत्थे पढ़िया अच्छा जी इम्तिहान देण जी जाट ले गया अच्छा जी असी बीक लड़के सगे जी मेरे ख्याल असी चार ही उत्थों पास होके आए अच्छा जी ठीक जाट ले तो हां ठीक है बस इन्ना मैंने पता अनायतुल्ला मास्टर साडा मास्टर सगा अच्छा जी बड़ा प्यार करदा सगा ठीक है जी कोई ज्यादा भेद भाव नहीं सी ठीक है ओ किथे पिंडे पढ़ा देंदे पिंडे पिंडे पढ़ाउंदे अच्छा जी ठीक है ते जेड़ा ना पढ़दे रहे आ हां मुसलमान मुंडे ज्यादा पिंड ਉਦੋਂ ਉਸ ਟਾਈਮ ਕਿੰਨੀਆਂ ਪੱਤੀਆਂ ਸੀਗੀਆਂ ਪੱਤੀਆਂ ਵੀ ਸੀਗੀਆਂ ਪਿੰਡ ਦੇ ਵਿੱਚ ਪੱਤੀਆਂ ਕੁਛ ਨਹੀਂ ਸੀ ਬਸ ਸਾਡੇ ਪਿੰਡ ਸੀ ਸਾਡੇ ਪਿੰਡ ਸੀ ਅੱਛਾ ਜੀ ਤਾਂ ਪਿੰਡ ਦੇ ਨੰਬਰਦਾਰ ਨਾਮ ਵੀ ਯਾਦ ਆ ਜੀ ਬਣ ਤੋਂ ਪਹਿਲਾਂ ਦੇ ਕਿਸੇ ਦਾ ਸਾਡਾ ਮੇਰੇ ਖਿਆਲ ਹੈ ਮਨਸ਼ਾ ਸੁਣ ਸ਼ਾਮਾ ਅੱਛਾ ਜੀ ਹਿੰਦੂ ਸੀਗਾ ਅੱਛਾ ਯਾਦ ਦਾ ਮਿਸਤਰੀ ਸੀਗਾ ਅੱਛਾ ਜੀ ਉਹਦਾ ਨਾਮ ਮੈਨੂੰ ਯਾਦ ਹੈ ਠੀਕ ਬਸ ਉਹ ਨੰਬਰਦਾਰ ਸੀ ਹਾਂ ਨੰਬਰਦਾਰ ਸੀਗਾ ਅੱਛਾ ਜੀ ਠੀਕ ਹੈ ਜੀ ਤਾਂ ਪਿੰਡ ਦੇ ਵਿੱਚ ਜਿੱਦਾਂ ਕੋਈ ਰਸੂਖ ਵਾਲਾ ਆਦਮੀ ਜਾਂ ਜਿਹਦਾ ਨਾਮ ਬਹੁਤ ਵਧੀਆ ਲੋਕ ਇੱਜ਼ਤ ਨਾਲ ਲੈਂਦੇ ਹੋਏ ਉਹਨਾਂ ਦਾ ਨਾਮ ਵੀ ਯਾਦ ਹੈ ਕਿਸੇ ਦਾ ਉਹ ਕਿਸੇ ਦਾ ਯਾਦ ਨਹੀਂ ਸਾਨੂੰ ਤਾਂ ਅਨਾਇਤੁੱਲਾ ਮਾਸਟਰ ਉਹਨਾਂ ਦੇ ਪਿਤਾ ਜੀ ਮੁਹੰਮਦ ਗੌਂਸ ਅੱਛਾ ਜੀ ਉਹ ਵੀ ਬੜੇ ਬੀਬੇ ਬੰਦੇ ਸੀਗੇ ਹਰ ਦੇ ਟਾਈਮ ਦੇ ਵਿੱਚ ਖੜੇ ਹੁੰਦੇ ਸੀ ਜਾ ਕੇ ਦੁੱਖ ਸੁੱਖ ਹੋਰ ਤਾਂ ਮੈਂ ਜ਼ਿਆਦਾ ਹੋਰ ਕੁਛ ਨਹੀਂ ਜਾਣਦਾ ਠੀਕ ਹੈ ਜੀ ਤਾਂ ਜਿਨ੍ਹਾਂ ਦੇ ਤੁਸੀਂ ਪਹਿਲਾਂ ਦੱਸਦੇ ਸੀਗੇ ਆਪਣੇ ਜਗੀਰਦਾਰ ਹੋਣੀ ਸਰਦਾਰ ਉਹਨਾਂ ਦਾ ਕੀ ਨਾਮ ਹਾਂ ਉਹਦਾ ਨਾਮ ਸੁੰਦਰ ਸਿੰਘ ਸੀਗਾ ਉਹ ਪਿੰਡ ਦੇ ਜਗੀਰਦਾਰ ਸੀਗੇ ਜੀ ਹਾਂਜੀ ਜਗੀਰਦਾਰ ਅੱਛਾ ਜੀ ਉਹਦੇ ਤਿੰਨ ਮੁੰਡੇ ਜਾਂ ਚਾਰ ਮੁੰਡੇ ਮਿਲਟਰੀ 'ਚ ਸੀਗੇ ਅੱਛਾ ਜੀ ਇੱਕ ਨਾਂ ਬਾਬਾ ਸਿੰਘ ਅੱਛਾ ਜੀ ਸਾਧੂ ਸਿੰਘ ਅੱਛਾ ਜੀ ਇੱਕ ਨਾਂ ਅਜਮੇਰ ਸਿੰਘ ਜੀ ਇੱਕ ਚਰਨ ਸਿੰਘ ਅੱਛਾ ਇਹ ਉਹਦੇ ਮੁੰਡੇ ਸੀਗੇ ਤਿੰਨੇ ਮਿਲਟਰੀ ਸੀ ਤਿੰਨੇ ਸੀਗੇ ਮਿਲਟਰੀ ਚ ਦੋ ਨਸੀ ਹੈ ਇਦਾਂ ਮੈਨੂੰ ਕੋਈ ਪਤਾ ਹੈ ਅੱਛਾ ਜੀ ਠੀਕ ਹੈ ਜੀ ਤਾਂ ਚਲੋ ਠੀਕ ਹੈ ਜੀ ਉਹਨਾਂ ਦਾ ਘਰ ਸਾਡੇ ਘਰ ਦੇ ਨਾਲ ਹੀ ਬਿਲਕੁਲ ਆ ਨਾਲ ਦਾ ਘਰ ਸੀਗਾ ਠੀਕ ਹੈ ਜੀ ਤਾਂ ਜਿੱਥੇ ਬਾਬੇ ਤੁਹਾਡਾ ਹੁਣ ਇਸ ਵੇਲੇ ਘਰ ਆ ਤੁਸੀਂ ਦੱਸਦੇ ਕਿ ਆਲੇ ਦੁਆਲੇ ਬਹੁਤ ਮੁਸਲਮਾਨ ਬਰਾਦਰੀਆਂ ਦੇ ਘਰ ਸੀਗੇ ਉਹਨਾਂ ਦੇ ਵੀ ਕਿਸੇ ਦਾ ਯਾਦ ਆ ਕਿਹਦਾ ਕਿਹਦਾ ਘਰ ਸੀ ਇੱਥੇ ਜੀ ਨੂਰ ਮੁਹੰਮਦ ਦਰਜੀ ਦਾ ਨਾਮ ਯਾਦ ਹੈ ਬਾਕੀ ਠੀਕ ਹੈ ਜੀ ਬਾਕੀ ਉਹ ਜਿਹੜੇ ਉਦਾਂ ਸਾਰੇ ਐਸੇ ਜਿਹੜਾ ਪਿੰਡ ਦਾ ਉੱਚਾ ਪਾਸਾ ਹੈ ਜੀ ਜਿੱਥੇ ਤੁਸੀਂ ਬੈਠੇ ਹੋ ਨਾ ਇਹ ਸਾਰਾ ਪਿੰਡ ਤੋਂ ਉੱਚਾ ਥਾਂ ਹੈ ਹਾਂ ਜੀ ਆਲੇ ਦੁਆਲੇ ਸਾਰੇ ਤੁਸੀਂ ਦੱਸਦੇ ਕਿ ਮੁਸਲਮਾਨ ਬਰਾਦਰੀ ਦੇ ਘਰ ਸੀ ਹਾਂ ਜੀ ਠੀਕ ਹੈ ਜੀ ਪਿਛਲੇ ਪਾਸੇ ਆ ਧਰਮੀਆਂ ਦੇ ਮਕਾਨ ਹੈ ਆ ਮੰਦਰ ਆ ਠੀਕ ਹੈ ਜੀ ਹਰੀਜਨਾਂ ਦਾ ਮਾਤਾ ਜੀ ਦਾ ਮੰਦਰ ਆ ਠੀਕ ਹੈ ਜੀ ਭੇਟਾਂ ਗਾਉਂਦੇ ਹੁੰਦੇ ਸੀ ਕੋਈ ਜ਼ਿਆਦਾ ਝਗੜਾ ਹੈ ਨਾ ਸੀ ਇੱਥੇ ਸ਼ਾਂਤੀ ਨਾਲ ਰਹਿੰਦੇ ਸੀ ਤਾਂ ਤੁਸੀਂ ਦਾਦੇ ਛੋਟੇ ਹੁੰਦੇ ਚਲੋ ਤੁਹਾਡੇ ਨਾਲ ਖੇਲਦੇ ਵੀ ਰਹੇ ਹਾਂਜੀ 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 ਇੱਕ ਦੂਜੇ ਨਾਲ ਉੱਠਦੇ ਬਹਿੰਦੇ ਰਹੇ ਆ ਖੇਲਦੇ ਰਹੇ ਆ ਇਕੱਠੇ ਪੜ੍ਹਦੇ ਰਹੇ ਆ
ਜਾਤਾਂ ਜਿੱਦਾਂ ਪਿੰਡ ਦੇ ਵਿੱਚ ਤੁਸੀਂ ਦੱਸਦੇ ਕਿ ਬਹੁਤ ਜਾਤਾਂ ਸੀਗੀਆਂ, ਸਾਰੀ ਬਰਾਦਰੀਆਂ ਸੀਗੀਆਂ, ਮੁਸਲਮਾਨਾਂ 'ਚ ਵੀ, ਹਿੰਦੂਆਂ 'ਚ ਵੀ, ਸਿੱਖਾਂ 'ਚ ਵੀ, ਤਾਂ ਵਸੇਬ ਸਾਰਾ ਯਾਨੀ ਕਿ ਰਲਮਾ ਸੀਗਾ, ਕਿਸੇ ਨਾਲ ਕੋਈ ਬੈਰ ਕੁਛ ਨਾ ਸੀ। ਅੱਛਾ ਜੀ, ਠੀਕ ਹੈ ਜੀ। ਸ਼ਾਂਤੀ ਨਾਲ ਰਹਿੰਦੇ ਸੀਗੇ, ਠੀਕ ਹੈ ਜੀ। ਕੋਈ ਦਾਦਾ ਝਗੜਾ ਨਹੀਂ ਕਿਸੇ ਨਾਲ, ਠੀਕ ਹੈ। ਬਸ 1947 'ਚ ਜੀ ਥੋੜ੍ਹਾ ਜਿਹਾ, ਠੀਕ ਹੈ ਜੀ, ਉਦੋਂ ਤਾਂ ਫਿਰ ਸਾਰੇ ਮਾਹੌਲ, ਹਾਂ ਜੀ, ਮਾਹੌਲ ਵਿਗੜ ਗਿਆ ਜੀ ਜੀ। ਉਦੋਂ ਪਹਿਲਾਂ ਬਿਲਕੁਲ ਨਸੀ ਹੈ, ਠੀਕ ਹੈ ਜੀ। ਤਾਂ ਚਲੋ ਤੁਸੀਂ ਦੱਸ ਦਿਓ ਕਿ ਚਲੋ ਹੁਣ ਬਹੁਤੇ ਤੁਹਾਨੂੰ ਨਾਂ ਤਾਂ ਨਹੀਂ ਯਾਦ ਹੈਗੇ ਬਾਕੀਆਂ ਦੇ, ਤਾਂ ਜਦੋਂ ਫਿਰ ਮਾਹੌਲ ਖਰਾਬ ਹੋਇਆ ਜਾਂ ਤੁਸੀਂ ਦੱਸਦੇ ਆ ਕਿ ਉਸ ਤੋਂ ਪਹਿਲਾਂ ਸਾਰਾ ਕੁਛ ਵਧੀਆ ਸੀਗਾ, ਰਹਿਣੀ ਸਹਿਣੀ ਬਹੁਤ ਵਧੀਆ ਸੀ, ਚਲੋ ਇੱਥੇ ਮੁਸਲਮਾਨ ਬਰਾਦਰੀ ਜ਼ਿਆਦਾ ਰਹਿੰਦੀ ਸੀਗੀ, ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਤਾਂ ਫਿਰ ਪਿੰਡ ਦਾ ਮਾਹੌਲ ਕੀ ਹੋਇਆ, ਕੀ ਬਣਿਆ ਜੀ? 1947 'ਚ ਜੀ ਸਭ ਤੋਂ ਪਹਿਲਾਂ, ਹਾਂਜੀ, ਆ ਰੋਜ਼ਾ ਜਿਹੜਾ ਹੈ ਜੀ, ਇੱਥੇ ਦੇ ਦੋ ਬੰਦਿਆਂ ਨੂੰ ਵੱਢਿਆ। ਅੱਛਾ ਜੀ। ਇੱਕ ਤਾਂ ਸਾਈਂ ਸੀਗਾ, ਅੱਛਾ ਜੀ, ਇੱਕ ਮੁੰਡੇ ਦਾ ਨਾਂ ਖੁਰਸ਼ੀਦ ਮੁਹੰਮਦ ਸੀਗਾ। ਅੱਛਾ ਜੀ। ਉਹ ਨਵੇਂ ਸ਼ਹਿਰ ਪੜ੍ਹਦਾ ਸੀ ਜਾਂ ਇੱਥੇ ਪਹਿਲਾਂ ਪੜ੍ਹਦਾ ਹੋਊਗਾ, ਮੈਨੂੰ ਇੰਨਾ ਉਹਦਾ ਮੁੰਡੇ ਦਾ ਨਾਂ ਯਾਦ ਆ। ਅਸੀਂ ਉਹਨੂੰ ਵੱਢਣ ਤੋਂ ਬਾਅਦ ਵੀ ਬੰਗੀ ਦੇਖਣ ਗਏ ਹਾਂ। ਅੱਛਾ ਜੀ। ਭਾਗਮਲ ਦਾ ਲੜਕਾ ਦਰਸ਼ਨ ਲਾਲ ਜੀ, ਮੈਂ ਜੀ, ਇੱਕ ਤਰਖਾਣਾ ਦਾ ਮੁੰਡਾ ਉਹਦਾ ਨਾਂ ਭਾਗ ਸੀਗਾ। ਅੱਛਾ ਜੀ। ਉਹ ਅਸੀਂ ਚਾਰ ਜਣੇ ਉਹਨੂੰ ਬੰਗੀ ਹੌਸਪੀਟਲ ਦੇਖਣ ਗਏ ਹਾਂ, ਵੱਡੇ ਉਹਨੂੰ। ਅੱਛਾ ਜੀ। ਕਿਰਪਾਨਾਂ ਦੇ ਜਾਂ ਕਿਸੇ ਦੇ ਵੀ ਟੱਕ ਲੱਗੇ ਹੋਏ ਸੀ, ਉਹ ਮੈਨੂੰ ਪਤਾ, ਉਹ ਬਚ ਗਿਆ, ਬਾਕੀ ਸਾਈਂ ਨਹੀਂ ਬਚਿਆ। ਉਹਦੀ ਕਬਰ ਬਾਹਰ ਬਣਾਈ ਹੋਈ ਆ ਰੋਜ਼ੇ ਤੋਂ। ਅੱਛਾ ਜੀ। ਇੰਨਾ ਮੈਨੂੰ ਪਤਾ। ਅੱਛਾ, ਰੌਲੇ ਜਦੋਂ ਪਏ ਸਾਰਿਆਂ ਨਾਲ ਪਹਿਲਾਂ ਉਹ, ਹਾਂ, ਪਹਿਲਾਂ ਸਭ ਤੋਂ ਪਹਿਲਾਂ ਉਹ ਕੀਤਾ। ਤਾਂ ਫਿਰ ਪਿੰਡ ਦੇ ਕੀ ਹਾਲਾਤ ਬਣੇ, ਪਿੰਡ ਦੇ ਕਿੱਦਾਂ ਕੀ ਹੋਇਆ ਜੀ? ਪਿੰਡ ਵਾਲੇ ਬਿਲਕੁਲ ਸ਼ਾਂਤ ਸੀਗੇ। ਅੱਛਾ। ਕੋਈ ਜਾਤ ਦਾ ਝਗੜਾ ਨਹੀਂ ਸੀ ਕਰਨ ਨੂੰ ਤਿਆਰ ਜੀ। ਪਰ ਫਿਰ ਕੁਛ ਦਿਨਾਂ ਤੋਂ ਬਾਅਦ ਜੀ ਸੋਨੇ ਦੇ ਬੰਦਾ ਇੱਕ ਵੱਢਿਆ ਗਿਆ। ਅੱਛਾ ਜੀ। ਉਹ ਤੋਂ ਬਾਅਦ ਫਿਰ ਮਾਹੌਲ ਵਿਗੜ ਗਿਆ। ਉਹਨਾਂ ਦਾ ਕੀ ਨਾਂ ਸੀ? ਰਾਣਾ ਸੀਗਾ। ਅੱਛਾ ਜੀ। ਸੋਨੇ ਵੀ ਕਾਫੀ ਉੱਥੇ ਰਹਿੰਦੇ ਸੀਗੇ? ਸੋਨੇ ਦਾ ਬੰਦਾ ਸੀਗਾ, ਮੁਸਲਮਾਨ ਸਾ ਜਾਤ ਦਾ। ਆ ਇੱਥੇ ਜ਼ਮੀਨ ਉਹਦੀ, ਇੱਥੇ ਆਪਣੀ ਜਿਹੜੀ ਬੇਈ ਆ, ਇੱਥੇ ਉਹਦੀ ਜ਼ਮੀਨ ਹੁੰਦੀ ਸੀ ਦੱਸਦੇ। ਅੱਛਾ ਜੀ। ਬਸ ਇੰਨਾ ਕੁ ਪਤਾ ਹੈ। ਤਾਂ ਫਿਰ ਉਸ ਤੋਂ ਬਾਅਦ ਕੀ ਮਾਹੌਲ ਬਣਿਆ? ਉਸ ਤੋਂ ਬਾਅਦ ਜਾਂ ਵੱਢਣ ਤੋਂ ਬਾਅਦ, ਉਹਨੂੰ ਕਤਲ ਕਰਨ ਤੋਂ ਬਾਅਦ, ਫਿਰ ਪਿੰਡ ਆ ਕੇ ਇੱਕ ਘੋੜੀ 'ਤੇ ਬੰਦਾ ਆਇਆ, ਘੋੜਾ ਹੋਊਗਾ, ਘੋੜੀ ਹੋਊਗੀ, ਉਹ ਨਾ ਕੇ ਕਿਹਾ ਪਿਆ ਇੱਦਾਂ ਕਰਕੇ ਇੱਥੇ ਪਿੰਡ 'ਚ ਸਾਡਾ ਰਾਣਾ ਵੱਢ ਦਿੱਤਾ ਆ। ਅੱਛਾ ਜੀ। ਭਈ ਇਸ ਕਰਕੇ ਤੁਸੀਂ ਸਾਵਧਾਨ ਹੋ ਜਾਓ। ਅੱਛਾ ਜੀ। ਤਾਂ ਲੋਕ ਜਿਹੜੇ ਮੁਸਲਮਾਨ ਸੀਗੇ ਜੀ, ਸਭ ਹੁਸ਼ਿਆਰ ਹੋ ਗਏ। ਅੱਛਾ ਜੀ। ਆਪਣੇ ਆਪਣੇ ਹਥਿਆਰ ਜਾਣੀ ਕਿ ਤਿਆਰ ਕਰਨ ਲੱਗ ਪਏ ਜੀ। ਪਰ ਫਿਰ ਕੁਛ ਦਿਨ ਤੱਕ ਸ਼ਾਂਤੀ ਰਹੀ, ਫਿਰ ਅਚਾਨਕ 'ਚ ਹੀ ਇਹਨਾਂ ਨੇ ਮਸੀਤ ਦੇ ਅੰਦਰ ਜੀ, ਜਿਹੜੀ ਆ ਸਾਡੇ ਕੋਲ ਹੈ, ਇੱਥੇ ਮੀਟਿੰਗ ਕੀਤੀ। ਉੱਥੇ ਅਨਾਇਤੁੱਲਾ ਮਾਸਟਰ ਵੀ ਗਿਆ ਹੋਇਆ ਸੀਗਾ। ਅੱਛਾ ਜੀ। ਉਹਨਾਂ ਆ ਕੇ ਸਾਨੂੰ ਸਵੇਰ ਨੂੰ ਦੱਸ ਦਿੱਤਾ ਜੀ, ਭਾਈ ਤੁਸੀਂ ਇੱਥੋਂ ਚਲੇ ਜਾਓ, ਨਹੀਂ ਤਾਂ ਤੁਹਾਨੂੰ ਵੱਢ ਦੇਣਾ। ਅੱਛਾ। ਬਸ ਇਹ ਅਸੀਂ ਅੱਖੀ 'ਤੇ ਨਹੀਂ ਜਾ ਕੇ ਦੇਖਿਆ ਜੀ ਜੀ, ਯਾਨੀ ਉਹਨਾਂ ਨੇ ਆ ਕੇ ਜੋਕਿਆ ਤਾਂ ਸਾਡੇ ਪਿਤਾ ਜੀ ਭਾਗਮਲ, ਅੱਛਾ ਜੀ, ਸੈਣੀ ਜੋ ਸੀਗਾ, ਅਸੀਂ ਦੋਨੋਂ ਹੀ ਪਰਿਵਾਰ ਜੀ ਉਹਨਾਂ ਦੇ ਘਰ ਨਾਲ ਹੀ ਆ। ਅੱਛਾ। ਅਸੀਂ ਇੱਥੋਂ ਛੱਡ ਕੇ ਜੈਨਪੁਰ ਚਲੇ ਗਏ। ਇਹਨਾਂ ਨੇ ਜੱਥੇ ਇਕੱਠੇ ਕੀਤੇ ਬੰਦਿਆਂ ਨੂੰ, ਪਿੰਡ 'ਤੇ ਤਾਬਾ ਬੋਲ ਦਿੱਤਾ। ਅੱਛਾ। ਇੱਥੋਂ ਮੁਸਲਮਾਨ ਭੱਜ ਗਏ। ਅੱਛਾ। ਠੀਕ ਹੈ ਜੀ। ਬਸ ਠੀਕ, ਯਾਨੀ ਕਿ ਉਦੋਂ ਫਿਰ ਪਿੰਡ 'ਤੇ ਧਾਵਾ ਬੋਲ ਹੋ ਗਿਆ। ਹਾਂ। ਫਿਰ ਸਾਰੇ ਸੁੱਖ ਸਬੀਲੀ ਚੱਲ ਗਏ ਕਿ? ਇੱਕ ਦੋ ਦੱਸਦੇ ਮਾਰੇ ਗਏ। ਅੱਛਾ ਜੀ। ਬਾਕੀ ਕੋਈ ਜ਼ਿਆਦਾ ਮਾਰ ਵੱਢ ਨਹੀਂ ਹੋਏ। ਅੱਛਾ ਜੀ। ਠੀਕ ਹੈ ਜੀ। ਮੀਂਹ ਵੀ ਬਹੁਤ ਪੈਣ ਲੱਗ ਪਏ ਸੀਗੇ। ਫਿਰ ਦੱਸਦੇ ਕਿ ਉਦੋਂ ਬਹੁਤ ਪਏ, ਬਹੁਤ ਪਏ ਮੀਂਹ। ਹਾਂਜੀ। ਸਾਡੇ ਵੀ ਪਸ਼ੂ ਅਸੀਂ ਇੱਦਾਂ ਹੀ ਖੁੱਲ੍ਹੇ ਛੱਡ ਦਿੱਤੇ ਸੀਗੇ, ਪਸ਼ੂ ਵੀ ਸਾਡੇ ਕੋਲੋਂ ਡਰਦੇ ਸੀਗੇ, ਇੰਨਾ ਮੀਂਹ ਪਿਆ। ਠੀਕ ਹੈ ਜੀ। ਮੈਂ ਜਾਣੀ ਸਾਡੇ ਪਿਤਾ ਜੀ, ਮਾਤਾ ਜੀ, ਇੱਕ ਪੂਰਨ ਚੰਦ ਮਿਸਤਰੀ, ਉਹਨਾਂ ਦਾ ਭਰਾ ਇੱਕ ਈਸ਼ਰ ਰਾਮ ਜੀ, ਅਸੀਂ ਦੋਵੇਂ ਹੀ ਪਹਿਲਾਂ ਕੁਛ ਦਿਨ, ਇੱਕ ਦੋ ਦਿਨ ਸਕੂਲ 'ਚ ਰਹੇ, ਫਿਰ ਸਕੂਲ ਦੇ ਅੰਦਰ ਵੀ ਪਾਣੀ ਆ ਗਿਆ। ਅੱਛਾ ਜੀ। ਆਹ ਬੜਬੇ ਦਾ ਸਕੂਲ ਜਿਹਾ ਹੈ, ਇਹਦੇ ਵਿੱਚ ਪਾਣੀ ਆ ਗਿਆ, ਅਸੀਂ ਉੱਥੋਂ ਘਰ ਛੱਡਿਆ। ਆਹ ਨਾਲ ਘਰ ਆ ਉਹ ਸਾਹਮਣੇ। ਅੱਛਾ ਜੀ। ਇਹ ਇਹਦੀ ਸਦੂਕੀ ਸੱਤ ਸੀ ਪਾਈ ਹੋਈ। ਅੱਛਾ ਜੀ। ਇਹ ਵੀ ਥੋੜ੍ਹਾ ਟਪਕਣ ਲੱਗ ਪਿਆ ਪਾਣੀ। ਇੱਥੇ ਅਸੀਂ ਇਹ ਦੋਹਾਂ ਪਰਿਵਾਰਾਂ ਨੇ, ਉਹ ਮਿਸਤਰੀਆਂ ਨੇ, ਅਸੀਂ ਕੱਟਿਆ। ਫਿਰ ਕੁਛ ਤਰਖਾਣਾ ਦੇ ਵੀ ਬੰਦੇ ਆਪਣੇ ਆਪਣੇ ਘਰ ਨੂੰ ਵਾਪਸ ਆ ਲੱਗ ਪਏ, ਫਿਰ ਰਹਿਣ ਲੱਗ ਪਏ। ਹੌਲੀ ਹੌਲੀ ਸ਼ਾਂਤੀ ਹੋ ਗਈ। ਦੋ ਔਰਤਾਂ ਉੱਥੇ ਟੋਭੇ 'ਤੇ ਵੱਢੀਆਂ ਗਈਆਂ। ਬਸ ਇੱਕ ਨਾਂ ਲਾਡੋ ਸੀ,
एक नो पता नहीं जानी के दोनों मामा तियां सी अच्छा उन्होंने कतल कर देता से और बाकी इतने कोई ज्यादा नुकसान नहीं ठीक है बाकी सारे चले गए हाँ चले गए ठीक है तो उस तो बाद बापू जदों वो चले गए इत्थों फिर उन्हें कुछ पता केड़े कैंप च गए जिधर राहों ये कोई पता नहीं लगा हाँ जी इत्थों बंदे चले गए ठीक है इदा बाद चाहिदा लोग जिदा गल्ला करते होंगे है इदा पता लगा कि और चले गए अच्छा और जाके उत्थे रहन लग रहे कुछ दिन तो बाद फिर उत्थे चढ़ाई हो गई और उत्ते जबरदस्त काफी हमला हाँ जी उत्थे जाके नुकसान लोगों का काफी होया केड़ा केड़ा होया वो को पता नहीं है सानू हाँ तो जो इतों गए आ ਵੰਡ ਵੇਲੇ ਰੌਲਿਆਂ ਦੇ ਵਿੱਚ ਫਿਰ ਕੋਈ ਪਿੰਡ ਵਾਪਸ ਦੇਖਣ ਵੀ ਆਇਆ ਕੋਈ ਮਿਲਣ ਵੀ ਆਇਆ ਵਾਪਸ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਠੀਕ ਹੈ ਹਾਂ ਖਤ ਖੁਦ ਜ਼ਰੂਰ ਆਇਆ ਲੋਕਾਂ ਨੂੰ ਜੀ ਅੱਛਾ ਜੀ ਕਿਸੇ ਕਿਸੇ ਨੂੰ ਜਦ ਭਾਗ ਮਾਲ ਸੀਗੇ ਜੀ ਹੈ ਉਹਨਾਂ ਨੂੰ ਖਤ ਖੁਦ ਆਏ ਆ ਅੱਛਾ ਜੀ ਕੋਈ ਅਨੈਤੁੱਲਾ ਮਾਸਟਰ ਦਾ ਵੀ ਆਇਆ ਇੱਕ ਕਿਸੇ ਹੋਰ ਦਾ ਆਇਆ ਜੀ ਇਹ ਇੰਨਾ ਸਾਨੂੰ ਪਤਾ ਆ ਬਾਕੀ ਖਤ ਆਪਾਂ ਦੇਖੇ ਨਹੀਂ ਹੈ ਉਹ ਜਿਹੜੀ ਤੁਸੀਂ ਦੱਸਦੇ ਸੀ ਆਪਣੇ ਸਾਡੇ ਬੜੇ ਭਰਾ ਜੀ ਨਾਲ ਲੜਾਈ ਹੋ ਗਈ ਸੀ ਉਹਦੇ ਬਾਰੇ ਤਾਂ ਦੱਸੋ ਸਾਨੂੰ ਕਿੱਦਾਂ ਬਣੀ ਸੀਗੀ ਜੀ ਬਸ ਉਹਦੇ ਬਾਅਦ ਮੈਂ ਮੀਟਿੰਗ ਕੀਤੀ ਇਹਨਾਂ ਨੇ ਨਹੀਂ ਨਹੀਂ ਉਹ ਫਿਰ ਸ਼ੁਰੂ ਤੋਂ ਦੱਸੋ ਨਾ ਕਿ ਕਿੱਦਾਂ ਹੋਈ ਜੀ ਮਨੀਮੀ ਦਾ ਕੰਮ ਕਰਕੇ ਜੀ ਵਾਪਸ ਆ ਰਹੇ ਸੀਗੇ ਸਾਡੇ ਬੜੇ ਭਾਜੀ ਹਾਂਜੀ ਠੀਕ ਹੈ ਜੀ ਉਹਦਾ ਨਾਂ ਸੋਹਣ ਲਾਲ ਸੀਗਾ ਅੱਛਾ ਜੀ ਅਤੇ ਮੁਹੰਮਦ ਹੁਸੈਨ ਇੱਕ ਖੁਰਸ਼ੀਦ ਕਰਕੇ ਸੀਗਾ ਇਹ ਦੋਨੋਂ ਵੀ ਸ਼ਹਿਰ ਕੰਮ ਕਰਦੇ ਸੀਗੇ ਠੀਕ ਹੈ ਜੀ ਇਹ ਬਨਾਲੇ ਦੀ ਬਈ ਕੋਲ ਜਾਣੀ ਭਗੋਰਾ ਵਾਲੀ ਕਿਉਂ ਜੀ ਇੱਥੇ ਕੁਛ ਉਹ ਕਹਿੰਦੇ ਹਿੰਦੁਸਤਾਨ ਪਾਕਿਸਤਾਨ ਜਿੰਦਾਬਾਦ ਉਹ ਸਾਡੇ ਭਾਈ ਸਭ ਕਹਿੰਦੇ ਸੀਗੇ ਹਿੰਦੁਸਤਾਨ ਜਿੰਦਾਬਾਦ ਬਸ ਇਹਦੇ ਆਪਸ ਵਿੱਚ ਹੀ ਦੋਨੋਂ ਟਕਰਾ ਗਏ ਅਤੇ ਉਹਨਾਂ ਨੇ ਫਿਰ ਕਿਸੇ ਨੇ ਵੀ ਉਹਨਾਂ ਨੂੰ ਕਹਿ ਸੁਣ ਕੇ ਭਰਾ ਦੇ ਉੱਤੇ ਕੇਸ ਕਰਾ ਦਿੱਤਾ ਪੁਲਿਸ ਆਈ ਪੁਲਿਸ ਆਈ ਕਹਿੰਦੇ ਕਿ ਭਾਈ ਤੁਹਾਡਾ ਮੁੰਡਾ ਅੰਗਰੇਜ਼ਾਂ ਦੇ ਖਿਲਾਫ ਨਾਅਰੇ ਲਾਉਂਦਾ ਭਾਗਮਲ ਅਤੇ ਅਨੈਤੁੱਲਾ ਮਾਸਟਰ ਸਾਡੇ ਪਿਤਾ ਜੀ ਨੂੰ ਲੈ ਗਏ ਸਾਈਕਲ 'ਤੇ ਬਿਠਾ ਕੇ ਉਸ ਵੇਲੇ ਕੋਈ ਦੂਸਰਾ ਸਾਧਨ ਤਾਂ ਹੈ ਭਰਾ ਨੂੰ ਤਿੰਨੇ ਚਾਰੇ ਜਣੇ ਗਏ ਥਾਣੇ 'ਚ ਜਾ ਕੇ ਗੱਲਬਾਤ ਹੋਈ ਕਿ ਕਹਿੰਦੇ ਭਾਈ ਇਹ ਅੰਗਰੇਜ਼ਾਂ ਦੇ ਖਿਲਾਫ ਨਾਅਰੇ ਲਾਉਂਦਾ ਤਾਂ ਭਾਗਮਲ ਨੇ ਕਿਹਾ ਕਿ ਭਾਈ ਤੁਹਾਨੂੰ ਆਜ਼ਾਦੀ ਨਹੀਂ ਚਾਹੀਦੀ ਕਹਿੰਦਾ ਚਾਹੀਦੀ ਹੈ ਬਸ ਫਿਰ ਕਹਿੰਦੇ ਮੁੰਡੇ ਦਾ ਨਾਂ ਕੱਢ ਦਿਓ ਠੀਕ ਹੈ ਜੀ ਹੈ ਉਹ ਥਾਣੇਦਾਰ ਨੇ ਇੰਨੀ ਗੱਲ ਕਹੀ ਆ ਭਾਈ ਮੁੰਡੇ ਨੂੰ ਪਿੰਡ 'ਚ ਨਾ ਰਹਿਣ ਦਿਓ ਅੱਛਾ ਜੀ ਇੱਥੋਂ ਇਹਨੂੰ ਬਾਹਰ ਭੇਜ ਦਿਓ ਠੀਕ ਹੈ ਉਸੇ ਵੇਲੇ ਫਿਰ ਸਾਡੇ ਵੱਡੇ ਭਰਾ ਨੂੰ ਦਿੱਲੀ ਭੇਜ ਦਿੱਤਾ ਉੱਥੇ ਜਾ ਕੇ ਨੌਕਰੀ ਕਿਤੇ ਕਰਨ ਲੱਗ ਪਿਆ ਠੀਕ ਠੀਕ ਹੈ ਸਾਡੀ ਭੈਣ ਉੱਥੇ ਰਹਿੰਦੀ ਸੀ ਇੱਕ ਤੁਸੀਂ ਦੱਸਦੇ ਸੀਗੇ ਕਿ ਤੁਹਾਡੇ ਬੜੇ ਭਾਈ ਸਾਹਿਬ ਨੂੰ ਲੈਟਰ ਮਿਲਿਆ ਸੀ ਨਹਿਰੂ ਵੱਲੋਂ ਉਹ ਕੀ ਗੱਲਬਾਤ ਸੀਗੀ ਉਹ ਮਕੈਨਿਕ ਦਾ ਕੰਮ ਕਰਦੇ ਸੀਗੇ ਦਿੱਲੀ ਤੋਂ ਦਿੱਲੀ 'ਚ ਠੀਕ ਹੈ ਜੀ ਅਤੇ ਕਿਤੇ ਨਹਿਰੂ ਦੀ ਗੱਡੀ ਖਰਾਬ ਹੋ ਗਈ ਹੋਵੇਗੀ ਅੱਛਾ ਹੈ ਜੀ ਅਤੇ ਗੱਡੀ ਖਰਾਬ ਹੋ ਗਈ ਹੋਵੇਗੀ ਨਹੀਂ ਹੁੰਦੀ ਹੋਵੇਗੀ ਅਤੇ ਹੈ ਅਤੇ ਇਹ ਨੌਕਰੀ 'ਤੇ ਜਾ ਰਿਹਾ ਹੋਵੇਗਾ ਅੱਛਾ ਜੀ ਅਤੇ ਕਹਿਤਾ ਭਾਈ ਮੈਂ ਦੇਖ ਲਵਾਂ ਗੱਡੀ ਠੀਕ ਕਰ ਲਵਾਂ ਠੀਕ ਹੈ ਅਗਲੇ ਡਰਾਈਵਰ ਨੇ ਕਿਹਾ ਹੋਊਗਾ ਭਾਈ ਕਰ ਦਿਓ ਠੀਕ ਹੈ ਬਸ ਜੋ ਕੁਛ ਕਰਨਾ ਸੀ ਇਹਨੇ ਕੀਤਾ ਆਖੇ ਸੈੱਲ ਮਾਰੋ ਭਾਈ ਗੱਡੀ ਸਟਾਰਟ ਹੋ ਗਈ ਅੱਛਾ ਉਹ ਨਹਿਰੂ ਨੇ ਕੁਛ ਲੈਟਰ ਬੇਟਾ ਦਿੱਤਾ ਸੀਗਾ ਕੁਛ ਵੀ ਲਿਖ ਕੇ ਦੇ ਦਿੱਤਾ ਹੋਊਗਾ ਸਾਨੂੰ ਤਾਂ ਕੋਈ ਖਿਆਲ ਨਹੀਂ ਇਸ ਵੇਲੇ ਉਹ ਅੱਗੋ ਗੁਲਾਗ ਗਈ ਚੱਕ ਕੇ ਲੈ ਗਏ ਲੋਕ ਮਕਾਨ ਢਹਿ ਗਏ ਕਾਗਜ਼ਾਂ ਦਾ ਕੋਈ ਪਤਾ ਨਹੀਂ ਹੈ ਸਾਨੂੰ ਤਾਂ ਬਸ ਉਹ ਤੋਂ ਬਾਅਦ ਫਿਰ ਸਮਝੋ ਇਹ ਹੁਣ ਮਰੇ ਗਿਆ 2011 'ਚ ਡਿੱਗ ਕੇ ਮਰ ਗਿਆ ਘਾਟੀ ਤੋਂ ਹੋਰ ਬਹੁਤ ਹੁਸ਼ਿਆਰ ਸੀ ਦਿਮਾਗ ਦਾ ਠੀਕ ਹੈ ਜੀ ਤਾਂ ਬਾਪੂ ਜੀ ਜਿੱਦਾਂ ਤੁਸੀਂ ਦੱਸਦੇ ਹਾਂ ਕਿ ਚਲੋ ਇੱਥੇ ਮੁਸਲਮਾਨ ਬਰਾਦਰੀ ਬਹੁਤ ਸੀਗੀ ਇਸ ਪਿੰਡ ਦੇ ਵਿੱਚ ਹਾਂਜੀ 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 ਤਾਂ ਬਣ ਤੋਂ ਪਹਿਲਾਂ ਜਿੱਦਾਂ ਹੁਣ ਸਾਰੇ ਜਣੇ ਇਕੱਠੇ ਰਹਿੰਦੇ ਹੁੰਦੇ ਸੀਗੇ ਹਾਂਜੀ ਹਾਂਜੀ ਤਾਂ ਦਿਨ ਸੋ 'ਤੇ ਕਿੱਦਾਂ ਇੱਕ ਦੂਜੇ ਨਾਲ ਵਰਤਦੇ ਹੁੰਦੇ ਸੀਗੇ ਜੀ ਦਿਨਾਂ ਸੁੱਧਾਂ ਨੂੰ ਇਹ ਸੀਗਾ ਜੀ ਕਿ ਜਿੱਦਾਂ ਸ਼ਾਦੀ ਹੈ ਸਾਡੇ ਹਿੰਦੂਆਂ ਦੀ ਹੈ ਤਾਂ ਹਿੰਦੂ ਹਿੰਦੂ ਦੇ ਘਰ ਜਾਂਦੇ ਹੁੰਦੇ ਸੀਗੇ ਮੁਸਲਮਾਨ ਦੇ ਨਸੀਂ ਠੀਕ ਹੈ ਜੀ ਮੁਸਲਮਾਨ ਆਪਣਾ ਵਿਵਹਾਰ ਆਪ ਕਰਦੇ ਹੁੰਦੇ ਸੀ ਹਾਂ ਜ਼ਿਆਦਾ ਜ਼ਰੂਰਤ ਹੋਵੇ ਕੋਈ ਚੀਜ਼ ਦੀ ਜਿੱਦਾਂ ਦਾਣਾ ਪਾਣੀ ਹੈ ਕੋਈ ਵੀ ਹੈ ਚੀਜ਼ ਤਾਂ ਉਹਨਾਂ ਦੇ ਘਰ ਦੇ ਕੇ ਆਉਂਦੇ ਹੁੰਦੇ ਸੀਗੇ ਇੱਕ ਦੂਜੇ ਦੇ ਦਿੰਦੇ ਲੈਂਦੇ ਸੀਗੇ ਇਹ ਨਹੀਂ ਕਿ ਨਹੀਂ ਬਾਕੀ ਇੱਦਾਂ ਦਾ ਕੋਈ ਜਾਤ ਦਾ ਮਾਹੌਲ ਵਿਗੜਿਆ ਹੋਇਆ ਨਸੀਂ ਤਾਂ ਦਿਨ ਸੋ ਤੇ ਜਿੱਦਾਂ ਹੁਣ ਦੀਵਾਲੀ ਈਦ ਜਾਂ ਹੋਰ ਉਹ ਵੀ ਆਰਾਮ ਨਾਲ ਮਨਾਉਂਦੇ ਸੀ ਕੋਈ ਜਾਤ ਦਾ ਝਗੜਾ ਨਸੀਂ ਠੀਕ ਹੈ ਜੀ ਅਸੀਂ ਦੀਵਾਲੀ ਦੇਖ ਲਓ 1947 ਤੋਂ ਪਹਿਲਾਂ ਵੀ ਮਨਾਈ ਹੈ ਇਸੇ ਘਰ 'ਚ ਕੋਈ ਜ਼ਿਆਦਾ ਸਾਨੂੰ ਭੇਦਭਾਵ ਹੀ ਨਹੀਂ ਉਹਨਾਂ ਨੂੰ ਵੀ ਭੇਦਭਾਵ ਨਹੀਂ ਸੀਗਾ ਜਾਣੀ ਕਿ
ਬਹੁਤ ਸੋਹਣਾ ਆਪਸੀ ਵਿਵਹਾਰ ਸੀਗਾ। ਹਾਂਜੀ ਬਹੁਤ ਸੋਹਣਾ ਵਿਵਹਾਰ ਸੀਗਾ। ਠੀਕ ਹੈ ਜੀ। ਇੱਕ ਦੂਜੇ ਦੀ ਯਾਨੀ ਕਿ ਬਹੁਤ ਦੀਦ ਕਰਦੇ ਹੁੰਦੇ ਸੀ। ਸਾਡੇ ਪਿੰਡ ਗੁਰਦੁਆਰਿਆਂ ਦੇ ਸੀ ਹੈ। ਅੱਛਾ। ਅਸੀਂ ਕਿਸ਼ਨਪੁਰੇ ਜਾਂਦੇ ਹੁੰਦੇ ਸੀ। ਅੱਛਾ ਜੀ। ਬਸ ਇੰਨਾ ਕੁ ਮੈਨੂੰ ਯਾਦ ਹੈ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਮੰਦਰਾਂ 'ਚ ਮੰਦਰ ਵੀ ਨਹੀਂ ਹੈ, ਮਸਜਿਦਾਂ ਹੁੰਦੀਆਂ ਸੀਆਂ, ਮਸਜਿਦ 'ਤੇ ਹਿੰਦੂ ਲੋਕ ਜਾਂਦੇ ਨਸੀ ਹੈ, ਰੋਜ਼ੇ ਜ਼ਰੂਰ ਜਾਂਦੇ ਸੀਗੇ। ਮਸਜਿਦਾਂ 'ਚ ਨਹੀਂ ਜਾਂਦੇ, ਰੋਜ਼ੇ ਜ਼ਰੂਰ ਜਾਂਦੇ ਸੀਗੇ। ਬਸ ਤਿੰਨ ਦਿਨ ਤੱਕ ਮੇਲਾ ਭਰਦਾ ਸੀਗਾ। ਸਾਡੇ ਪਿਤਾ ਜੀ ਨੂੰ ਵੀ ਸਾਦੇ ਹੁੰਦੇ ਸੀਗੇ, ਉਹ ਵੀ ਜਾਂਦੇ ਹੁੰਦੇ ਸੀਗੇ। ਜੋ ਉਹਨਾਂ ਦਾ ਕੰਮ ਹੋਊਗਾ ਉਹ ਕਰਦੇ ਹੋਊਗੇ, ਉਹ ਆਪਾਂ ਨੂੰ ਪਤਾ ਨਹੀਂ ਹੈ। ਬੜਾ ਸੋਹਣਾ ਵਿਵਹਾਰ ਜਿਹਨੂੰ ਕਹਿੰਦੇ ਆ। ਠੀਕ ਹੈ ਜੀ। ਜਾਣ ਕੇ ਦੱਸ ਦੇ ਕਿ ਬਣ ਤੋਂ ਬਾਅਦ ਵੀ ਕੋਈ ਆਪਣੇ ਪਿੰਡ ਫਿਰ ਦੇਖਣ ਨਹੀਂ ਆਏ, ਜਿੱਦਾਂ ਕਈ ਪਿੰਡਾਂ ਦੇ ਵਿੱਚ ਆਏ ਜਾਂ ਮੁੜ ਕੇ। ਹਾਂਜੀ ਹਾਂਜੀ। 10 ਸਾਲ 20 ਸਾਲ ਬਾਅਦ ਇੱਕ ਤਰ੍ਹਾਂ ਦਾ ਲੈਟਰ ਹੀ ਆਉਂਦੇ ਰਹੇ। ਹਾਂਜੀ ਹਾਂਜੀ ਹਾਂ। ਠੀਕ ਹੈ ਜੀ। ਠੀਕ ਹੈ ਜੀ। ਉਹ ਵੀ ਮਾਸਟਰ ਕੀ ਨਾ ਇਨਾਇਤ ਅੱਲਾ ਦੱਸਿਆ ਜੀ। ਹਾਂਜੀ ਇਨਾਇਤ ਅੱਲਾ। ਉਹਨਾਂ ਦੇ ਖਾਤਾਂ ਦੇ ਰਹੇ। ਹਾਂਜੀ ਹਾਂਜੀ। ਠੀਕ ਹੈ ਜੀ। ਚਲੋ ਸਹੀ ਹੋ ਗਿਆ। ਮੁਹੰਮਦ ਗੌਸ ਉਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ। ਠੀਕ ਹੈ ਜੀ। ਠੀਕ ਹੈ। ਇੰਨਾ ਮੈਨੂੰ ਵੀ ਯਾਦ ਆ, ਘਰ ਵੀ ਮੈਂ ਉਹਨਾਂ ਦੇ ਜਾਂਦਾ ਹੁੰਦਾ ਸੀਗਾ, ਇਨਾਇਤ ਅੱਲਾ ਮਾਸਟਰ ਦੇ। ਉਹਨਾਂ ਦਾ ਘਰ ਕਿੱਥੇ ਸੀਗਾ ਜੀ? ਆ ਪਿਛਲੇ ਪਾਸੇ ਸੀਗਾ। ਸਾਡੇ ਪਿਛਲੇ ਪਾਸੇ। ਹਾਂ ਅੱਛਾ ਜੀ। ਠੀਕ ਹੈ ਜੀ। ਜਦੋਂ ਉੱਪਰ ਨੂੰ ਚੜ੍ਹਦੇ ਨਾ ਘਾਟੀ, ਉਹ ਜਿੱਥੇ ਉਹ ਬੜਾ ਗੇਟ ਲੱਗਾ ਆ, ਅੱਛਾ ਜੀ, ਉੱਪਰ ਨੂੰ ਚੜ੍ਹਦੇ ਨੇ, ਉਹ ਉਹਨਾਂ ਦਾ ਘਰ ਸੀਗਾ। ਤੁਸੀਂ ਦੱਸਦੇ ਇੱਥੇ ਵੀ ਜਿੱਥੇ ਸਾਡਾ ਘਰ ਆ ਇੱਥੇ ਵੀ ਗੇਟ ਹੁੰਦਾ ਸੀਗਾ ਪਹਿਲਾਂ? ਸਾਡਾ ਗੇਟ ਸੀ ਇਹਦੇ ਨਾਲ। ਅੱਛਾ ਜੀ। ਨਲਕਾ ਜਿੱਥੇ ਲੱਗਾ ਨਾ, ਇੱਥੇ ਬਹੁਤ ਵੱਡਾ ਗੇਟ ਸੀਗਾ। ਅੱਛਾ ਜੀ। ਕਿਉਂ ਅਸੀਂ ਜਿਹੜੇ ਸੀਗੇ, ਸਾਡੇ ਪਿਤਾ ਜੀ ਗੁੜ ਸ਼ੱਕਰ ਦਾ ਵਪਾਰ ਕਰਦੇ ਸੀਗੇ, ਘੋੜੇ ਨੂੰ ਇੱਥੋਂ ਹੀ ਲੱਦਣਾ। ਅੱਛਾ ਜੀ। ਘੋੜੇ ਖੱਚਰਾ ਘਮਾਰਾਂ ਦੇ ਘਰਾਂ ਦੇ, ਠੀਕ ਹੈ ਜੀ, ਉਹਨਾਂ ਨੂੰ ਸੱਦ ਲੈਣਾ, ਮਾਲ ਭਰ ਕੇ ਨਵੇਂ ਸ਼ਹਿਰ ਛੱਡ ਵੇਚ ਕੇ ਆਉਂਦੇ। ਠੀਕ ਹੈ। ਯਾਨੀ ਕਿ ਆਹ ਸਾਰਾ ਪਹਿਲਾਂ ਤੁਸੀਂ ਦਾਦੇ ਜਿਹੜਾ ਹੁਣ ਵਿਹਲਾ ਥੈ ਹੋਏ ਸਾਰੇ ਮਕਾਨ ਹੁੰਦੇ? ਹਾਂਜੀ ਹਾਂਜੀ, ਮਕਾਨ ਸੀ, ਮੁਸਲਮਾਨਾਂ ਦੇ ਮਕਾਨ ਸੀਗੇ। ਠੀਕ ਹੈ। ਚਲੋ ਯਾਨੀ ਕਿ ਇਹੀ ਤੁਹਾਡੇ ਕਹਿਣ ਦਾ ਮਤਲਬ ਕਿ ਬਹੁਤ ਵਧੀਆ ਵਸੇਬ ਸੀ ਪਹਿਲਾਂ ਜੀ, ਜੋ ਵੀ ਭਾਈਚਾਰਾ ਸੀ, ਸਿੱਖ ਭਾਈਚਾਰਾ, ਮੁਸਲਿਮ ਭਾਈਚਾਰਾ, ਬਹੁਤ ਇੱਕ ਦੂਜੇ ਬਹੁਤ ਪਿਆਰ ਨਾਲ ਰਹਿੰਦਾ ਸੀਗਾ। ਪਿਆਰ ਸੀਗਾ, ਕੋਈ ਜਾਤ ਦਾ ਝਗੜਾ ਨਸੀ। ਦੇਖੋ ਆਹ ਵੀ ਮਹੱਲਾ ਸਮਝੋ ਕਿ ਮੁਸਲਮਾਨਾਂ ਦਾ ਹੀ ਸੀਗਾ। ਠੀਕ ਹੈ ਜੀ। ਸਾਡੇ ਆ ਅੱਗੇ ਘਮਾਰਾਂ ਦੇ ਘਰ ਆ। ਅੱਛਾ ਜੀ। ਇਹ ਸਾਡੇ ਦੋ ਘਰ ਝੀਰਾਂ ਦੇ ਸੀਗੇ। ਅੱਛਾ ਜੀ। ਉਹ ਪਰੇ ਭਾਗਮਾਲ ਦਾ ਘਰ ਸੀਗਾ, ਲਾਲਾ ਮੋਤੀ ਰਾਮ ਉਹਨਾਂ ਦੇ ਚਾਚਾ ਜੀ ਹੁੰਦੇ ਸੀਗੇ, ਇੰਨਾ ਮੈਨੂੰ ਪੂਰਾ ਯਾਦ ਹੈ। ਪਰੇ ਫਿਰ ਮੁਸਲਮਾਨ ਸੀਗੇ। ਠੀਕ ਹੈ। ਥੱਲੇ ਨੂੰ ਬਹੁਤ ਵੱਡੀ ਘਾਟੀ ਉਤਰਦੀ ਸੀਗੀ, ਕਿਸੇ ਨੇ ਘਾਟੀ ਨਹੀਂ ਪੱਟੀ ਹਿੰਦੂ ਨੇ, ਸਮਝੇ? ਅੱਗੇ ਸਤਹ ਦੇ ਟੋਭੇ ਦੇ ਵਿੱਚ ਇੱਕ ਸਤਹ ਹੁੰਦਾ ਸੀਗਾ, ਛੋਟੀਆਂ ਇੱਟਾਂ ਦਾ ਬਣਿਆ, ਮੁਸਲਮਾਨਾਂ ਨੇ ਕਿਸੇ ਨੇ ਨਹੀਂ ਢਾਇਆ। ਠੀਕ ਹੈ ਜੀ। ਹਾਂਜੀ। ਉਹ ਵੀ ਇੱਦਾਂ ਦਾ ਇੱਦਾਂ ਸੀਗਾ, ਇੱਕ ਪੰਡਿਤ ਜੀ ਧਮਾਈ ਦੇ, ਅੱਛਾ ਜੀ, ਉਹ ਆ ਕੇ ਦੀਵਾ ਬੱਤੀ ਕਰਦੇ ਹੁੰਦੇ ਸੀਗੇ, ਸਾਨੂੰ ਸੱਦ ਲੈਣਾ ਜੋ ਪ੍ਰਸ਼ਾਦ ਹੋਣਾ, ਆ ਕੇ ਸਾਡੇ ਘਰ ਦੇ ਜਾਣਾ। ਪਿੰਡ ਦੇ ਵਿੱਚ ਉਦੋਂ ਮਸ਼ਹੂਰ ਕਿਹੜੀ ਕੋਈ ਜਗ੍ਹਾ ਹੈਗੀ ਸੀ ਜਿੱਦਾਂ ਜਿੱਥੇ ਸਾਰੇ, ਜਿੱਦਾਂ ਤੁਸੀਂ ਦੱਸਦੇ ਸਿਰਫ ਰੋਜ਼ ਹੀ ਜਾਂਦੇ? ਅੱਛਾ, ਸਿਰਫ ਰੋਜ਼ੇ ਸੀ ਜਿੱਥੇ ਸਾਰਾ ਪਿੰਡ ਜਾਂਦਾ ਸੀ ਰੋਸ਼ਨੀ? ਹਿੰਦੂ ਮੁਸਲਮਾਨ ਸਾਰੇ ਜਾਂਦੇ ਸੀ, ਕੋਈ ਜਾਤ ਦਾ ਭੇਦਭਾਵ ਨਹੀਂ ਸੀ ਹੈ ਕਿ ਆ ਹਿੰਦੂ ਆਏ ਸਾਡੇ ਰੋਜ਼ੇ ਕਿਉਂ ਆਏ, ਸਾਰੇ ਹੀ ਤੇਲ ਪਾਉਣ ਜਾਂਦੇ ਹੁੰਦੇ ਸੀਗੇ ਇੰਨਾ। ਠੀਕ ਹੈ। ਚਲੋ ਬਾਪੂ ਜੀ, ਤੁਸੀਂ ਸਾਨੂੰ ਬਹੁਤ ਵਧੀਆ ਜੋ ਕਿ ਪਿਛੋਕੜ ਸੀ ਪਿੰਡ ਦਾ ਜਾਂ ਬਣ ਤੋਂ ਪਹਿਲਾਂ ਦੇ ਹਾਲਾਤ ਸੀ, ਤੁਸੀਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਗੱਲ ਦੱਸੀ ਹੈ ਜੀ। ਬਾਕੀ ਸਾਨੂੰ ਤਾਂ ਤੁਹਾਡੇ ਵਰਗੇ ਬਜ਼ੁਰਗਾਂ ਦੀ ਤਲਾਸ਼ ਰਹਿੰਦੀ ਆ ਕਿ ਜਿਨ੍ਹਾਂ ਨੂੰ ਬਣ ਤੋਂ ਪਹਿਲੇ ਦੇ ਬਹੁਤ ਚੰਗੀ ਤਰ੍ਹਾਂ ਹਾਲਾਤ ਮਾਲੂਮ ਹੋਣ ਜਾਂ ਜੋ ਵੀ ਆਪਸੀ ਸਾਂਝ ਸੀਗੀ ਕਿੱਦਾਂ ਦੀ ਸੀਗੀ। ਹਾਂਜੀ। ਕੋਈ ਜਾਤ ਦੇ ਝਗੜੇ ਹੈ ਹੀ ਨਸੀ ਜਾਣੀ ਕਿ ਇੱਦਾਂ ਸੀਗਾ, ਬਿਲਕੁਲ ਸ਼ਾਂਤ। ਠੀਕ ਹੈ ਜੀ। ਕੋਈ ਝਗੜਾ ਨਹੀਂ ਕਿਸੇ ਦੇ ਨਾਲ, ਮੁਸਲਮਾਨ ਹਿੰਦੂ। ਮੈਂ ਦੱਸਦਾ ਸੀ ਸਭ ਕਬੱਡੀ ਇਕੱਠੇ। ਅੱਛਾ ਜੀ। ਸਾਡਾ ਵੱਡਾ ਭਰਾ ਨੱਠਣ ਭੱਜਣ 'ਚ ਬਹੁਤ ਤੇਜ਼ ਸੀਗਾ, ਮੁਸਲਮਾਨ ਕਹਿੰਦੇ ਸੀ ਗੱਡੀ ਆ ਗਈ ਆ ਫੜ ਲਓ ਇਹਨੂੰ, ਐਡਾ ਕਹਿੰਦੇ ਹੁੰਦੇ ਸੀ। ਸੋਹਣ ਸਿੰਘ ਦੱਸ? ਹਾਂਜੀ, ਸੋਹਣ ਲਾਲ ਨਾਮ ਸੀ ਉਹਨਾਂ ਦਾ। ਹਾਂਜੀ, ਇਹ ਸੀਗੇ ਜੀ ਸਾਡੇ ਬਜ਼ੁਰਗ ਮੋਹਨ ਸਿੰਘ ਜੀ, ਪਿੰਡ ਬੜਵੇ ਤੋਂ ਜੀ। ਬਾਕੀ ਜੋ ਵੀ ਇਹਨਾਂ ਨੂੰ ਜਾਣਕਾਰੀ ਸੀ ਤੁਹਾਡੇ ਸਾਹਮਣੇ ਰੂਬਰੂ ਕਰਤੀ ਹੈ ਜੀ। ਬਾਕੀ ਇੱਦਾਂ ਦੇ ਹੀ ਹੋਰ ਬਜ਼ੁਰਗਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਾਂਗਾ। ਤੁਹਾਡਾ ਆਪਣਾ ਅਜੇ ਪਾਲ, ਸਤਿ ਸ਼੍ਰੀ ਅਕਾਲ, ਅਦਾਬ। ਸਾਹਮਣੇ ਇੱਥੇ ਸਾਰੇ ਇਹ ਆਪਣੇ ਹਿੰਦੂ। ਅੱਛਾ, ਠੀਕ ਹੈ। ਇਹ ਪੀਰ ਸਾਈ ਝੰਡੇ ਸ਼ਾਹ ਜੀ ਦਾ, ਸਾਈਂ ਅੱਲਾ ਬਖਸ਼ ਜੀ, ਸਾਈਂ ਨੂਰੇ ਸ਼ਾਹ ਜੀ, ਸਾਈਂ ਆਸਾ ਜੀ। ਅੱਛਾ, ਪੁਰਾਣੇ ਸਾਰਿਆਂ ਦੇ ਨਾਂ ਲਿਖੇ ਹੋਆ ਨਾ ਇੱਥੇ? ਠੀਕ ਹੈ। ਇਹ ਪਿੰਡ ਦੇ ਬਾਹਰਲੇ ਪਾਸੇ ਹੈ ਨਾ?
ਸਾਡੇ ਪਿੰਡ ਦੇ ਬਾਹਰਲੇ ਪਾਸੇ ਜਿੱਥੇ ਬਜ਼ੁਰਗ ਦੱਸਦੇ ਕਿ ਰੋਸ਼ਨ ਦਾ ਮੇਲਾ ਲੱਗਦਾ ਹੁੰਦਾ ਸੀਗਾ ਜੀ। ਔਰ ਸਾਰੇ ਪਿੰਡ ਜਿਹੜੀ ਮਰਜ਼ੀ ਬਰਾਦਰੀ ਹੋਵੇ ਪਿੰਡ ਦੀ ਮਸੀਤ। ਹੁਣ ਇਹ ਨਹੀਂ ਪਤਾ ਜੀ ਇਹ ਰਾਈਆਂ ਦੀ ਆ ਰਾਜਪੂਤਾਂ ਦੀ ਆ। ਕਾਫੀ ਵਧੀਆ ਹਾਲਤ ਹੋ ਜੀ ਹਾਲੇ ਮਸੀਤ ਵੀ ਜੀ।